ਵਿੱਚ ਫਿਰਕੂ ਤਣਾਅ ਪੜਕਾ ਰਹੀ ਹੈ ਭਾਜਪਾ ਰਾਹੁਲ ਪਰਾਲੀ ਪ੍ਰਬੰਧਨ ਦੇ 80% ਦੀ ਸਬਸਿਡੀ ਤੇ ਕਰਜ਼ਾ ਦੇਣਗੇ ਬੈਂਕ ਭਗਵੰਤ ਮਾਨ ਗੋਲ ਮਾਰਗ ਅਤੇ ਸੋਨ ਮਾਰਗ ਸਮੇਤ ਕਸ਼ਮੀਰਵਾਦੀ ਵਿੱਚ ਵਰਖਬਾਰੀ ਮੈਦਾਨੀ ਇਲਾਕਿਆਂ ਵਿੱਚ ਮੀ ਪਾਪਾਲ ਵਿੱਚ ਡਰੱਗਸ ਦੀ ਫੈਕਟਰੀ ਚੋਂ 907 ਕਿਲੋ ਐਮਡੀ ਬਰਾਮਦ ਭਾਰਤੀ 3 ਦਾ ਪਾਕਿਸਤਾਨ ਖਿਲਾਫ ਚਿੱਤ ਦਾ ਛੱਕਾ ਇਸ਼ਤ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਤੇ ਦੋਸ਼ ਲਾਇਆ ਕਿ ਉਹ ਗੁਆਹ ਵਿੱਚ ਜਾਣਬੁੱਝ ਕੇ ਫਿਰਕੂ ਤਣਾਅ ਪੜਕਾ ਰਹੀ ਹੈ। ਸਤਾਤਰੀ ਪਾਰਟੀ ਦੀਆਂ ਅਜਈਆਂ ਕੋਸ਼ਿਸ਼ਾਂ ਨੂੰ ਚੁਣੌਤੀ ਦਿੱਤੀ ਜਾਵੇਗੀ। ਕਿਉਂਕਿ ਇਸ ਸੂਬੇ ਤੇ ਪੂਰੇ ਭਾਰਤ ਦੇ ਲੋਕ ਇਸ ਨੂੰ ਵੰਡਣ ਵਾਲੇ ਏਜੰਡੇ ਵਜੋਂ ਦੇਖ ਰਹੇ ਹਨ। ਰਾਹੁਲ ਗਾਂਧੀ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਕਿ ਗੋਆ ਦੀ ਖਿੱਚ ਇਸ ਦੀ ਕੁਦਰਤੀ ਸੁੰਦਰਤਾ ਤੇ ਇੱਥੋਂ ਦੇ ਲੋਕਾਂ ਦੀ ਪਰੌਣਾਚਾਰੀ ਵਿੱਚ ਦਰਜ ਹੈ। ਬਦਕਿਸਮਤੀ ਦੇ ਨਾਲ ਭਾਜਪਾ ਦੇ ਰਾਜ ਵਿੱਚ ਇਸ ਸਦਭਾਵਨਾ ਤੇ ਹਮਲੇ ਹੋ ਰਹੇ ਹਨ। ਭਾਜਪਾ ਜਾਣਬੁੱਝ ਕੇ ਫਿਰਕੂ ਤਣਾ ਵਧਾ ਰਹੀ ਹੈ। ਆਰਐਸਐਸ ਦਾ ਇੱਕ ਸਾਬਕਾ ਨੇਤਾ ਇਸਾਈਆਂ ਅਤੇ ਸੰਗ ਨਾਲ ਜੁੜੇ ਸੰਗਠਨਾਂ ਨੂੰ 扑ਕਾ ਕੇ ਮੁਸਲਮਾਨਾਂ ਦੇ ਆਰਥਿਕ ਬਾਈਕਾਟ ਦਾ ਸੱਦਾ ਦੇ ਰਿਹਾ ਹੈ। ਉਨ੍ਹਾਂ ਦੋਸ਼ੇ ਲਗਾਇਆ ਕਿ ਸੰਘ ਪਰਿਵਾਰ ਵੱਲੋਂ ਪੂਰੇ ਭਾਰਤ ਵਿੱਚ ਬਿਨਾਂ ਕਿਸੇ ਰੋਕ ਟੋਕ ਤੇ ਅਜਈਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਇਸ ਸਬੰਧੀ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਉਲਟਾ ਉਨ੍ਹਾਂ ਨੂੰ ਉੱਚ ਪੱਧਰ ਤੋਂ ਹਮਾਇਤ ਮਿਲ ਰਹੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਗੋਆ ਵਿੱਚ ਭਾਜਪਾ ਦੀ ਰਣਨੀਤੀ ਸਪਸ਼ਟ ਹੈ ਗੈਰ ਕਾਨੂੰਨੀ ਢੰਗ ਨਾਲ ਹਰਤੇ ਜ਼ਮੀਨ ਦੀ ਵਰਤੋਂ ਕਰਦੇ ਹੋਏ ਲੋਕਾਂ ਨੂੰ ਵੰਡਣਾ ਤੇ ਚੋਗਿਰਦੇ ਦੇ ਨਿਯਮਾਂ ਨੂੰ ਲਾਂਬੇ ਕਰਕੇ ਨਾਜਿਕ ਖੇਤਰਾਂ ਦਾ ਸ਼ੋਸ਼ਣ ਕਰਨਾ ਇਹ ਗੋਆ ਦੀ ਕੁਦਰਤੀ ਅਤੇ ਸਮਾਜਿਕ ਵਿਰਾਸਤ ਤੇ ਹਮਲਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਦੀ ਵਚਨਬੱਧਤਾ ਦੇ ਹਿੱਸੇ ਵਜੋਂ ਸੂਬੇ ਦੇ ਸਹਿਕਾਰੀ ਬੈਂਕਾਂ ਨੇ ਫਸਲਾਂ ਦੀ ਰਹਿਣ ਖੂੰਦ ਦੇ ਪ੍ਰਬੰਧਨ ਲਈ ਕਰਜ਼ਾ ਯੋਜਨਾ ਸ਼ੁਰੂ ਕੀਤੀ ਹੈ ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਮੁੱਖ ਮੰਤਵ ਕਿਸਾਨਾਂ ਨੂੰ ਫਸਲਾਂ ਦੀ ਰਹਿਣ ਖੂੰਦ ਦੇ ਸਚੱਜੇ ਪ੍ਰਬੰਧਨ ਲਈ ਮਸ਼ੀਨਰੀ ਖਰੀਦਣ ਲਈ ਆਸਾਨੀ ਨਾਲ ਕਰਜ਼ੇ ਮਹੱਈਆ ਕਰਵਾਉਣਾ ਹੈ ਤਾਂ ਜੋ ਪਰਾਲੀ ਨੂੰ ਸਾੜ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ ਉਹਨਾਂ ਕਹਿ ਕੇ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਹਿਵਾਮਾਤੇ ਪੈੰਡੂ ਖੇਤਾਂ ਦੇ ਹੋਰ ਅਗਾਵਧੂ ਕਿਸਾਨ ਇਸ ਸਕੀਮ ਦਾ ਲਾਭ ਲੈ ਸਕਦੇ ਹਨ ਕਾਮਨ ਹਾਇਰਿੰਗ ਸੈਂਟਰ ਸਕੀਮ ਅਧੀਨ ਖੇਤੀ ਸੰਦਾਂ ਦੀ ਖਰੀਦ ਤੇ 80% ਦੀ ਸਬਸਿਡੀ ਦਾ ਲਾਭ ਲਿਆ ਜਾ ਸਕਦਾ ਹੈ ਉਹਨਾਂ ਦੱਸਿਆ ਕਿ ਇਹ ਸਕੀਮ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਤੇ ਜ਼ਿਲ੍ਹਾ ਸਹਿਕਾਰੀ ਬੈਂਕਾਂ ਦੀਆਂ 802 ਸ਼ਾਖਾਵਾਂ ਵਿੱਚ ਸ਼ੁਰੂ ਕੀਤੀ ਗਈ ਹੈ ਮਾਨ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਆ ਗਾ ਬੰਦੂ ਕਿਸਾਨ ਫਸਲਾਂ ਦੀ ਰੈਂਦ ਖੂਨ ਦੇ ਪ੍ਰਬੰਧਨ ਲਈ ਬੇਲਰ ਅਤੇ ਸੁਪਰ ਸੀਡਰ ਵਰਗੇ ਖੇਤੀ ਸੰਦਾਂ ਦੀ ਖਰੀਦ ਤੇ 50% ਦੀ ਸਬਸਿਡੀ ਲੈ ਸਕਣਗੇ। ਉਨ੍ਹਾਂ ਉਮੀਦ ਪ੍ਰਗਟਾਈ ਹੈ ਕਿ ਇਸ ਸਕੀਮ ਦੇ ਨਾਲ ਪਰਾਲੀ ਸਾੜਨ ਕਾਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣ 'ਚ ਮਦਦ ਮਿਲੇਗੀ। ਪਿਤੇ 24 ਘੰਟਿਆਂ ਦੌਰਾਨ ਗੋਲਮਰਗ ਤੇ ਸੂਨ ਮਾਰਗ ਸਮੇਤ ਕਸ਼ਮੀਰਵਾਦੀ ਦੇ ਉੱਚੇ ਇਲਾਕਿਆਂ ਵਿੱਚ ਬਰਬਰੀ ਹੋਈ ਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪਿਆ ਹੈ। ਜਿਸ ਕਾਰਨ ਐਤਵਾਰ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਸ਼ਮੀਰਵਾਦੀ ਦੇ ਉੱਚੇ ਇਲਾਕੇ ਜਿਨ੍ਹਾਂ ਵਿੱਚ ਸੱਕੀ ਰਿਝਾਟ, ਗੁਰਮਾਰਗ ਦੀ ਆਫਰਵਾਤ ਪਹਾੜ ਲੜੀ, ਸੈਰ ਸਪਟਾ ਕੇਂਦਰੀ ਸੋਨਮਾਰਗ, ਰਾਜਦਾਨ ਟਾਪ ਤੇ ਪੀਰ ਪੰਜਾਲ ਰੇਂਜ ਸ਼ਾਮਲ ਹਨ। ਵਿਖੇ ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਹਲਕੀ ਬਰਫਵਾਰੀ ਹੋਈ ਹੈ। ਇਸ ਕਾਰਨ ਤਾਪਮਾਨ ਦੇ ਵਿੱਚ ਗਿਰਾਵਟ ਆਈ ਹੈ। ਗੋਲ ਮਾਰਗ ਅਤੇ ਸੋਨ ਮਾਰਗ ਦੇ ਆਲੇ ਦੁਆਲੇ ਦੇ ਪਹਾੜਾਂ ਤੇ ਬਰਫਬਾਰੀ ਵੇਖ ਕੇ ਸੈਲਾਨੀ ਕਾਫੀ ਖੁਸ਼ ਹੋਏ ਸ਼੍ਰੀਨਗਰ ਅਤੇ ਕਸ਼ਮੀਰਵਾਦੀ ਦੇ ਕਈ ਹਿੱਸਿਆਂ 'ਚ ਹਲਕਾ ਮੀਂਹ ਪਿਆ ਹੈ ਮੌਸਮ ਵਿਗਿਆਨ ਕੇਂਦਰ ਸ਼੍ਰੀਨਗਰ ਨੇ ਮੰਗਲਵਾਰ ਤੱਕ ਕਸ਼ਮੀਰਵਾਦੀ ਵਿੱਚ ਹਲਕੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਮੀਂਹ ਪਵੇਗਾ ਉੱਚੇ ਇਲਾਕਿਆਂ ਵਿੱਚ ਫਿਰ ਤੋਂ ਬਰਫਬਾਰੀ ਹੋ ਸਕਦੀ ਹੈ ਵਿੰਦਾ ਦਾ ਤਾਪਮਾਨ ਕਾਫੀ ਘਟ ਗਿਆ ਹੈ। ਦਿੱਲੀ ਵਿੱਚ ਲੰਗੀ 2 ਅਕਤੂਬਰ ਨੂੰ ਲਗਭਗ 5000 ਕਰੋੜ ਦੇ ਨਸ਼ੀਲੇ ਪਦਾਰਥ ਫੜੇ ਜਾਣ ਤੋਂ ਬਾਅਦ ਐਤਵਾਰ ਨੂੰ ਪਪਾਲ ਵਿੱਚ ਵੀ ਵੱਡੀ ਬਰਾਮਦਗੀ ਹੋਈ ਹੈ। ਐਨਸੀਬੀ ਅਤੇ ਗੁਜਰਾਤ ਏਟੀਐਸ ਨੇ ਥਗਰੋਦਾ ਉਦਯੋਗਿਕ ਖੇਤਰ ਵਿੱਚ ਬੰਦ ਪਈ ਫੈਕਟਰੀ ਵਿੱਚ ਨਸ਼ੀਲਾ ਡਰੱਗ ਐਮਰੀ ਬਣਾਉਣ ਦਾ ਕਾਰਖਾਨਾ ਫੜਿਆ ਹੈ। ਉੱਥੇ ਡਰੱਗ ਤੇ ਇਸ ਨੂੰ ਬਣਾਉਣ ਵਿੱਚ ਇਸਤੇਮਾਲ ਹੋਣ ਵਾਲਾ ਕੱਚਾ ਮਾਲ ਜ਼ਬਤ ਕੀਤਾ ਗਿਆ। ਛਾਪੇ ਵਿੱਚ 907 ਕਿਲੋ ਐਮਡੀ ਡਰੱਗ ਠੋਸ ਤੇ ਤਰਲ ਰੂਪ ਵਿੱਚ ਮਿਲਿਆ ਹੈ। ਮੌਕੇ ਤੇ ਨਾਸਕਦੇ ਸਾਨਿਆਲ ਥਾਣੇ ਅਤੇ ਪਪਾਲ ਦੇ ਕੋਟਰਾ ਸੁਲਤਾਨਬਾਦ ਨਿਵਾਸੀ ਅਮਿਤ ਪ੍ਰਕਾਸ਼ ਚਾਤਰਵੇਦੀ ਨੂੰ ਡਰੱਗ ਬਣਾਉਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਐਟਆਈਐਸ ਗੁਜਰਾਤ ਲੈ ਗਈ। ਉਧਰ ਦੋਮਾ ਮਲਜਮਾ ਤੋਂ ਪੁਸ਼ਕਿਸ਼ ਤੋਂ ਬਾਅਦ ਇਹਨਾਂ ਨਾਲ ਕਾਰੋਬਾਰ ਵਿੱਚ ਸ਼ਾਮਲ ਮੰਸੌਰ ਦੇ ਹਰੀਸ਼ ਅੰਜਨਾ ਨੂੰ ਵੀ ਗ੍ਰਿਫਤਾਰ ਕਰ ਲਿਆ। ਮੋਡਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ 7 ਮਹੀਨੇ ਤੋਂ ਮੋਲਜਮ 25 ਕਿਲੋ ਡਰੱਗ ਰੋਜ਼ ਤਿਆਰ ਕਰ ਰਹੇ ਸਨ ਇਹ ਮੁੰਬਈ, ਗੁਜਰਾਤ, ਬੈਂਗਲੁਰੂ ਤੋਂ ਕੋਲਕਾਤਾ ਦੇ ਨਾਂ ਨਾਲ ਨੇਪਾਲ ਤੱਕ ਪਹੁੰਚਾਈ ਜਾ ਰਹੀ ਸੀ ਪੁਲਿਸ ਨੇ ਸਥਾਨਕ ਵਿਭਾਗ ਤੋਂ ਜ਼ਮੀਨ ਲੈਂਡ ਵਾਲੇ ਜੈ ਸਿੰਘ ਤੇ ਉਸ ਤੋਂ ਅੱਗੇ ਏਕੇ ਸਿੰਘ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਗੁਜਰਾਤ ਵਿੱਚ ਗ੍ਰਿਫਤਾਰ ਐਮਡੀ ਡਰੱਗ ਦੇ ਕਾਰੋਬਾਰ ਵਿੱਚ ਸ਼ਾਮਲ ਇੱਕ ਮੁਲਜ਼ਮ ਨੇ ਪੁਸ਼ਕਸ਼ ਵਿੱਚ ਦੱਸਿਆ ਕਿ ਪੁਪਾਲ ਵਿੱਚ ਐਮਡੀ ਡਰੱਗ ਬਣਾਈ ਜਾ ਰਹੀ ਹੈ ਇਸ ਤੋਂ ਬਾਅਦ ਗੁਜਰਾਤ ਏਟੀਐਸ ਨੇ ਖੁਫੀਆ ਜਾਣਕਾਰੀ ਇਕੱਠੀ ਕੀਤੀ ਪੁਖਤਾ ਸਬੂਤ ਮਿਲਣ ਦੇ ਬਾਅਦ ਏਟੀਐਸ ਦੇ ਡੀਐਸਪੀ ਐਸਐਲ ਚੌਧਰੀ ਦੀ ਅਗਵਾਈ ਵਿੱਚ ਪੰਜ ਮੈਂਬਰੀ ਟੀਮ ਨੇ ਐਨਸੀਬੀ ਦਿੱਲੀ ਦੇ ਅਧਿਕਾਰੀਆਂ ਨੇ ਛਾਪਾ ਮਾਰਿਆ ਅਤੇ ਬੰਦ ਫੈਕਟਰੀ ਦੇ ਵਿੱਚੋਂ ਇਹ ਡਰੱਗ ਬਰਾਮਦ ਕੀਤੀ ਹੈ ਮੈਲਾ T20 ਵਿਸ਼ਪ ਕੱਪ ਵਿੱਚ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਪਾਕਿਸਤਾਨ ਨੇ ਐਤਵਾਰ ਨੂੰ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ਵਿੱਚ 8 ਵਿਕਟਾਂ ਗਵਾ ਕੇ 105 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਨੇ 18.5 ਓਵਰਾਂ 'ਚ 4 ਵਿਕਟਾਂ ਗਵਾ ਕੇ ਟੀਚਾ ਹਾਸਲ ਕਰ ਲਿਆ। ਮੈਲਾ T20 ਵਿਸ਼ਪ ਕੱਪ ਵਿੱਚ ਭਾਰਤ ਦੀ ਪਾਕਿਸਤਾਨ ਤੇ 8 ਮੈਚਾਂ ਵਿੱਚ एचएम जित है भारत ਲਈ 29 ਦੌੜਾਂ ਕਪਤਾਨ ਹਰਮਨ ਪ੍ਰੀਤਕੌਰ ਸ਼ੈਫਾਲੀ ਵਰਮਾ ਨੇ ਸਭ ਤੋਂ ਵੱਧ 32 ਦੌੜਾਂ ਬਣਾਈਆਂ ਅਰੰਦਤੀ ਰੈਡੀ ਨੇ 3 ਵਿਕਟਾਂ ਲਈਆਂ ਮੁਨੀਵਾ ਅਰੀ ਨੇ 17 ਦੌੜਾਂ ਅਰੂਪ ਸ਼ਾਹ ਨੇ 14 ਦੌੜਾਂ ਤੇ ਫਾਤਿਮਾ ਸਾਰਾ ਨੇ 13 ਦੌੜਾਂ ਬਣਾਈਆਂ ਬਾਕੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ ਭਾਰਤ ਵੱਲੋਂ ਅਰੰਦਤੀ ਰੈਡੀ ਨੇ 3 ਅਤੇ ਸ਼੍ਰੀਯਾਂਕਾ ਪਾਟਲ ਨੇ 2 ਵਿਕਟਾਂ ਲਈਆਂ दीप्ति शर्मा आशा शोभना ਤੇ ਰੇਣੁਕਾ ਨੂੰ ਇੱਕ ਇੱਕ ਵਿਕਟ ਦੀ ਸਫਲਤਾ ਮਿਲੀ ਹੈ ਕਸਟਮ ਡਰੱਗਸ ਸੈਕਸ ਰੈਕਡ ਦੇ ਨਾਤੇ ਡਿਜੀਟਲ ਗ੍ਰਫਤਾਰੀ ਕਾਫੀ ਵਧ ਰਹੀ ਹੈ ਆਏ ਦਿਨ ਇਸ ਤਰ੍ਹਾਂ ਦੀ ਧੋਖਾਧੜੀ ਇਨੀ ਦੇ ਨੇ ਸਾਹਮਣੇ ਆ ਰਹੀ ਹੈ ਕਈ ਨਾਮੀਗ੍ਰਾਮੀ ਵਿਅਕਤੀ ਇਸ ਦੇ ਸ਼ਿਕਾਰ ਹੋ ਰਹੇ ਹਨ ਹਾਲ ਹੀ ਵਿੱਚ ਟੈਕਸਟਾਈਲ ਸੈਕਟਰ ਦੀ ਇੱਕ ਨਾਮੀ ਕੰਪਨੀ ਦੇ ਮਾਲਕ ਤੋਂ ਸਾਈਬਰ ਅਪਰਾਧੀਆਂ ਨੇ 7 ਕਰੋੜ ਰੁਪਏ ਠੱਗ ਲਏ ਸੰਚਾਰ ਮੰਤਰਾਲਾ ਵਿਦੇਸ਼ ਵਿੱਚ ਬੈਠੇ ਇਹਨਾਂ ਅਪਰਾਧੀਆਂ ਦੀ ਸਾਜ਼ਿਸ਼ ਪੂਰੀ ਤਰ੍ਹਾਂ ناکਾਮ ਕਰਨ ਦੇ ਵਿੱਚ ਲੱਗਿਆ ਹੈ ਅਤੇ ਅਜਿਹੀ ਪ੍ਰਣਾਲੀ ਵਿਕਸਤ ਕੀਤੀ ਜਾ ਰਹੀ ਹੈ ਤਾਂ ਕਿ ਵਿਦੇਸ਼ ਤੋਂ ਆ ਰੀਆਂ ਅਜਈਆਂ ਫਰਜੀ ਕਾਲਾ ਦੇਸ਼ ਦੇ ਖਪਤਕਾਰਾਂ ਤੱਕ ਨਾ ਪੁੱਜਣ ਸਾਈਬਰ ਠੱਗੀ ਜਾਂ ਅਪਰਾਧ ਲਈ ਇਹਨਾਂ ਦਿਨੀ ਹਰ ਰੋਜ਼ 1 ਕਰੋੜ ਤੋਂ ਵੱਧ ਕਾਲਾ ਵਿਦੇਸ਼ ਤੋਂ ਕੀਤੀਆਂ ਜਾ ਰਹੀਆਂ ਹਨ ਟੈਲੀਕਮ ਕੰਪਨੀਆਂ ਦੀ ਮਦਦ ਨਾਲ ਇਹਨਾਂ ਵਿੱਚੋਂ 45 ਲੱਖ ਕਾਲਾ ਨੂੰ ناکਾਮ ਕਰ ਦਿੱਤਾ ਜਾਂਦਾ ਹੈ ਵਿਭਾਗ ਦਾ ਕਹਿਣਾ ਹੈ ਕਿ ਛੇਤੀ ਹੀ ਇਹ ਜੈ ਹੀ ਕੇਂਦਰੀ ਵਿਵਸਥਾ ਲਾਗੂ ਕੀਤੀ ਜਾਵੇਗੀ ਜਿਸ ਦੀ ਮਦਦ ਨਾਲ ਅਜਿਹਾਂ ਕਾਲਾ ਨੂੰ ਪੂਰੀ ਤਰ੍ਹਾਂ ਨਾਕਾਮ ਕੀਤਾ ਜਾ ਸਕੇਗਾ ਸਾਈਬਰ ਅਪਰਾਧੀ ਆਪਣੀ ਅਸਲੀ ਪਛਾਣ ਲਗਾਉਣ ਲਈ ਕਾਲ ਲੰਗ ਲਾਈਨ ਆਇਡੈਂਟੀ ਸੀ ਐਲ ਆਈ ਦਾ ਇਸਤੇਮਾਲ ਕਰ ਰਹੇ ਹਨ ਭਾਰਤ ਵਿੱਚ 120 ਕਰੋੜ ਤੋਂ ਵੱਧ ਲੋਕ ਮੋਬਾਈਲ ਜਾਂ 95 ਕਰੋੜ ਲੋਕ ਇੰਟਰਨੈਟ ਦੀ ਵਰਤੋਂ ਕਰਦੇ ਹਨ ਸੰਚਾਰ ਵਿਭਾਗ ਮੁਤਾਬਕ ਸਾਈਬਰ ਅਪਰਾਧ ਰੋਕਣ ਲਈ ਹਾਲ ਹੀ ਵਿੱਚ ਡਿਜੀਟਲ ਇੰਟੈਲੀਜੈਂਸ ਪਲੇਟਫਾਰਮ ਡੀਆਈਪ ਲਾਂਚ ਕੀਤਾ ਗਿਆ ਤਾਂ ਕਿ ਸਾਈਬਰ ਅਪਰਾਧ ਅਤੇ ਵਿੱਤੀ ਧੋਖਾਧੜੀ ਦੇ ਟੈਲੀਕਮ ਵਸੀਲਿਆਂ ਦੇ ਇਸਤੇਮਾਲ ਤੇ ਰੋਕ ਲੱਗ ਸਕੇ ਇਸ ਪਲੇਟਫਾਰਮ ਤੇ ਸਾਰੀਆਂ ਟੈਲੀਕਮ ਕੰਪਨੀਆਂ ਨਾਲ ਗ੍ਰਹਿ ਮੰਤਰਾਲਾ 460 ਬੈਂਕ ਅਤੇ ਵਿੱਤੀ ਸੰਸਥਾਵਾਂ ਸਾਰੇ ਰਾਜਾਂ ਦੇ ਕੇਂਦਰ ਸ਼ਾਸਤ ਰਾਜਾਂ ਦੀ ਪੁਲਿਸ ਤੇ ਵੱਖ-ਵੱਖ ਕੇਂਦਰੀ ਏਜੰਸੀਆਂ ਨੂੰ ਇਕੱਠਾ ਕੀਤਾ ਗਿਆ ਹੈ ਪੰਜ ਗੁਰੂ ਸਹਿਬਾਨ ਨੂੰ ਗੁਰਿਆਈ ਤਿਲਕ ਲਗਾਉਣ ਅਤੇ ਸੱਚਕੰਡ ਸ੍ਰੀ ਹਰਮਨਦਾਸ ਸਾਹਿਬ ਜੀ ਦੇ ਪਹਿਲੇ ਹੈਡ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਣ ਵਾਲਾ ਸਾਲਾਨਾ ਜੋੜ ਮੇਲਾ ਧਾਰਮਿਕ ਰੌ ਰਿਟਾਂ ਨਾਲ ਆਰੰਭ ਹੋ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਹੈ ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ ਵਿੱਚ ਸਜੋਬਤ ਕਰਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਜੋ ਪ੍ਰਕਰਮਾ ਵਿੱਚੋਂ ਹੁੰਦਾ ਹੋਇਆ ਦੀਵਾਨ ਹਾਲ ਪੁੱਜਾ ਅਰਸਤੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਨਗਰ ਕੀਰਤਨ ਦਾ ਖਾਲਸਾਈ ਬੈਂਡ ਨਾਲ ਨਿੱਘਾ ਸਵਾਗਤ ਕੀਤਾ ਤੇ ਨਾਹੰਗ ਸਿੰਘਾਂ ਵੱਲੋਂ ਗਤਕੇ ਦੇ ਜੋਹਰ ਦਿਖਾਏ ਗਏ ਬਿਹਾਰ ਦੇ ਰੋਹਤਾਸ ਅਤੇ ਕਟਿਹਾਰ ਜ਼ਿਲ੍ਹਿਆਂ ਵਿੱਚ ਘਟੋ-ਘਟ 10 ਬੱਚੇ ਨਹਾਉਂਦੇ ਸਮੇਂ ਡੁੱਬ ਗਏ ਜ਼ਿਲ੍ਹਾ ਮੈਜਿਸਟਰੇਟ ਉਦਿਤਾ ਸਿੰਘ ਦਾ ਕਹਿਣਾ ਹੈ ਕਿ ਰੋਹਤਾਸ ਚ ਸੋਨ ਨਦੀ ਵਿੱਚ ਨਹਾਉਂਦੇ ਸਮੇਂ ਤੁੰਬਾ ਪਿੰਡ ਦੇ 6 ਬੱਚੇ ਡੁੱਬ ਗਏ ਸਾਰੇ ਬੱਚਿਆਂ ਦੀ ਉਮਰ 10 ਤੋਂ 12 ਸਾਲ ਸੀ ਡੀਐਮ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਨੇ ਐਸਡੀਆਰਐਫ ਨਾਲ ਮਿਲ ਕੇ ਖੋਜ ਮੁਹਿੰਮ ਚਲਾਈ ਹੈ ਜਿਸ ਦੌਰਾਨ ਕਰਮਚਾਰੀਆਂ ਨੇ 6 ਲਾਸ਼ਾਂ ਨੂੰ ਬਾਹਰ ਕੱਢ ਲਿਆ ਜਦਕਿ ਇੱਕ ਬੱਚਾ ਅਜੇ ਵੀ ਲਾਪਤਾ ਹੈ ਜਿਨਾਂ ਦੀ ਭਾਲ ਜਾਰੀ ਹੈ ਇੱਕ ਹੋਰ ਬੱਚੇ ਨੂੰ ਬਚਾਇਆ ਗਿਆ ਤੇ ਉਹ ਖਤਰੇ ਤੋਂ ਬਾਹਰ ਹੈ ਇਸੇ ਤਰ੍ਹਾਂ ਕਟਿਹਾਰ ਚ ਕੁਰਸੇਲਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਚ ਸਰਾਇਆ ਖੇਤਰ ਵਿੱਚ ਇੱਕ ਛੱਪੜ ਵਿੱਚ ਨਹਾਉਂਦੇ ਸਮੇਂ ਚਾਰ ਬੱਚੇ ਡੁੱਬ ਗਏ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੌਤਾਂ ਤੇ ਸੋਗ ਪ੍ਰਗਟ ਕਰਦਿਆਂ ਮ੍ਰਿਤਕ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਪਾਕਿਸਤਾਨ ਤਹਿਰੀਕ-ਏ-ਇਨਸਾਫ ਪੀਟੀਆਈ ਦੇ اسلامਾਬਾਦ ਦੇ ਡੀ ਚੌਂਕ ਵਿੱਚ ਹੋਏ ਪ੍ਰਦਰਸ਼ਨ ਨੂੰ ਲੈ ਕੇ ਪਾਰਟੀ ਦੇ ਸੰਸਥਾਪਕ ਇਮਰਾਨ ਖਾਨ ਅਤੇ ਪਾਰਟੀ ਦੇ 14 ਨੇਤਾਵਾਂ ਸਮੇਤ 105 ਹੋਰਾਂ 'ਤੇ ਅੱਤਵਾਦ ਅਤੇ ਹੋਰ ਦੋਸ਼ਾਂ ਤਹਿਤ ਨਵਾਂ ਮਾਮਲਾ ਦਰਜ ਕੀਤਾ ਗਿਆ। ਟੈਕਸਲਾ ਸ਼ਹਿਰ ਵਿੱਚ ਦਰਜ ਐਫਆਈਆਰ 'ਚ ਸ਼ਾਮਲ ਖਤਿਆਦੀ ਕੋਸ਼ਿਸ਼, ਅਗਵਾ ਰਾਜ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ, ਪੁਲਿਸ ਕਰਮਚਾਰੀਆਂ 'ਤੇ ਹਮਲਾ ਅਤੇ ਅੱਤਵਾਦ ਵਿਰੋਧੀ ਕਾਨੂੰਨ (ਏਟੀਏ) ਦੇ ਤਹਿਤ ਉਲੰਘਣਾ ਦੇ ਦੋਸ਼ ਲਗਾਏ ਹਨ। FIR ਅਨੁਸਾਰ ਨਾਮਜਾਦਕ ਸ਼ੱਕੀ ਵਿਅਕਤੀਆਂ ਨੇ ਸਰਕਾਰੀ ਵਾਹਨਾਂ ਤੇ ਹਮਲਾ ਕੀਤਾ ਅਤੇ ਪੁਲਿਸ ਨੂੰ ਹਿੰਸਾ ਦਾ ਸ਼ਿਕਾਰ ਬਣਾਇਆ ਹੈ। ਦਰਜ ਕੇਸ ਵਿੱਚ ਇਮਰਾਨ ਖਾਨ ਨੂੰ ਕਥਤ ਤੌਰ ਤੇ ਇਸ ਮਾਮਲੇ ਦਾ ਮੁੱਖ ਸਾਜ਼ਿਸ਼ਕਾਰ ਦੱਸਿਆ ਗਿਆ। ਦੋਸ਼ ਲਗਾਇਆ ਕਿ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਨੇ ਜੇਲ੍ਹ ਦੌਰੇ ਅਤੇ ਸੰਚਾਰ ਦੌਰਾਨ ਆਪਣੇ ਵਰਕਰਾਂ ਨੂੰ ਰਾਜ ਅਤੇ ਸੰਸਥਾਾਂਵਿਰੋਧ ਹਿੰਸਾ ਲਈ ਉਕਸਾਇਆ। ਮੁੰਬਈ ਵਿੱਚ ਦੋ ਮੰਜ਼ਿਲਾ ਦੁਕਾਨ ਤੇ ਰਹੈਸ਼ੀ ਇਮਾਰਤ ਦੇ ਵਿੱਚ ਅੱਗ ਲੱਗਣ ਨਾਲ ਤਿੰਨ ਨਾਵਾਲਗਾਂ ਸਮੇਤ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਘਟਨਾ ਚੰਬੂਰ ਇਲਾਕੇ ਦੀ ਸਰਦਾਰਤ ਕਲੋਨੀ ਵਿੱਚ ਸਵੇਰੇ 5 ਵਜੇ ਵਾਪਰੀ। ਉਹਨਾਂ ਦਾ ਕਹਿਣਾ ਹੈ ਕਿ ਢਾਂਚੇ ਦੀ ਹੇਠਲੀ ਮੰਜ਼ਲ ਨੂੰ ਦੁਕਾਨ ਵਜੋਂ ਤੇ ਉੱਪਰਲੀ ਮੰਜ਼ਲ ਨੂੰ ਰਹਿائش ਵਜੋਂ ਵਰਤਿਆ ਜਾਂਦਾ ਸੀ। ਅੱਗ ਜ਼ਮੀਨੀ ਮੰਜ਼ਲ ਤੇ ਲੱਗੀ ਉੱਪਰਲੀ ਮੰਜ਼ਲ ਤੱਕ ਫੈਲ ਗਈ। ਇਸ ਘਟਨਾ ਵਿੱਚ 7 ਲੋਕ ਜ਼ਖਮੀ ਹੋ ਗਏ ਹਾਲਾਂਕਿ ਉਹਨਾਂ ਨੂੰ ਜਲਦ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਲਦਾਖ ਦੀ 6ਵੀਂ ਅਨੁਸੂਚੀ ਦੇ ਦਰਜੇ ਲਈ ਦਿੱਲੀ ਦੇ ਜੰਤਰ ਮੰਤਰ ਤੇ ਅੰਦੋਲਨ ਕਰਨ ਦੀ ਇਜਾਜ਼ਤ ਨਾ ਦਿੱਤੇ ਜਾਣ ਮਗਰੋਂ ਚਲਵਾਜੂ ਕਾਰਕੁਨ ਸੋਨਮ ਵਾਂਗਚੋਕ ਲਦਾਖ ਭਵਨ ਵਿੱਚ ਮਰਨ ਵਰਦਤੇ ਬੈਠ ਗਏ ਵਾਂਗਚੁੱਕ ਨੇ ਵਰਤ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨਾਲ ਇੱਕ ਸੰਖੇਪ ਗੱਲਬਾਤ ਵਿੱਚ ਕਿਹਾ ਕਿ ਉਹਨਾਂ ਨੂੰ ਆਪਣੇ ਅੰਦੋਲਨ ਲਈ ਕੋਈ ਥਾਂ ਨਾ ਮਿਲਣ ਤੋਂ ਬਾਅਦ ਲਦਾਖ ਭਵਨ ਵਿੱਚ ਪ੍ਰਦਰਸ਼ਨ ਕਰਨ ਲਈ ਮਜਬੂਰ ਕੀਤਾ ਗਿਆ ਹੈ। ਵਾਂਗਚੁੱਕ ਸਮੇਤ ਲਗਭਗ 18 ਲੋਕ ਲਦਾਖ ਭਵਨ ਦੇ ਗੇਟ ਨੇੜੇ ਬੈਠ ਕੇ ਅਤੇ ਭਾਰਤ ਮਾਤਾ ਦੀ ਜੈ ਅਤੇ ਜੈ ਲਦਾਖ ਅਤੇ ਲਦਾਖ ਬਚਾਓ ਹਿਮਾਲਿਆ ਬਚਾਓ ਵਰਗੇ ਨਾਅਰੇ ਲਗਾਏ। ਮਹਾਨ ਖਿਡਾਰੀ ਸਚਨ ਤੰਦੂਲਕਰ ਅਮਰੀਕਾ ਦੀ ਨੈਸ਼ਨਲ ਕ੍ਰਿਕਟ ਲੀਗ ਐਨਸੀਐਲ ਓਨਰਸ਼ਿਪ ਵਿੱਚ ਸ਼ਾਮਲ ਹੋ ਗਏ ਜਿਸ ਨਾਲ ਆਉਣ ਵਾਲੇ ਸਾਲਾਂ ਵਿੱਚ ਅਮਰੀਕਾ ਵਿੱਚ ਖੇਡ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ ਐਨਸੀਐਲ ਵੱਲੋਂ ਇਹ ਐਲਾਨ ਕਰਨ ਤੋਂ ਬਾਅਦ ਮਹਾਨ ਬੱਲੇਬਾਜ਼ ਸਚਨ ਤੰਦੂਲਕਰ ਉਹਨਾਂ ਨਾਲ ਜੁੜ ਗਏ ਹਨ ਤੰਦੂਲਕਰ ਦਾ ਕਹਿਣਾ ਹੈ ਕਿ ਕ੍ਰਿਕਟ ਮੇਰੇ ਜੀਵਨ ਦੀ ਸਭ ਤੋਂ ਵੱਡੀ ਯਾਤਰਾ ਰਹੀ ਹੈ ਅਤੇ ਮੈਂ ਅਮਰੀਕਾ ਵਿੱਚ ਖੇਡ ਲਈ ਅਜਿਹੇ ਰਮਾਂਚਕ ਸਮੇਂ ਵਿੱਚ ਨੈਸ਼ਨਲ ਕ੍ਰਿਕਟ ਲੀਗ ਵਿੱਚ ਸ਼ਾਮਲ ਹੋ ਕੇ ਖੁਸ਼ ਹਾਂ NCL ਦਾ ਉਦੇਸ਼ ਵਿਸ਼ਵ ਪੱਧਰੀ ਕ੍ਰਿਕਟ ਲਈ ਇੱਕ ਮੰਚ ਤਿਆਰ ਕਰਨਾ ਹੈ ਤੇ ਨਾਲ ਹੀ ਨਾਲ ਹੀ ਨਵੀਂ ਪੀੜੀ ਨੂੰ ਪ੍ਰੇਰਿਤ ਕਰਨਾ ਹੈ। ਇਸ ਸੀਜ਼ਨ ਵਿੱਚ NCL ਵਿੱਚ ਸੁਨੀਲ ਗਾਵਸਕਰ, ਜ਼ਹਿીર ਆਵਾਸ, ਵਸੀਮ ਅਕਰਮ, ਸਰ ਵਿਵੀਅਨ ਰਿਚਰਡ, ਵੈਂਕਟੇਸ਼ ਪ੍ਰਸਾਦ, ਸਨਤ ਜੈਸੂਰੀਆ, ਮੁਇਨ ਖਾਨ ਅਤੇ ਬਲੇਅਰ ਫ੍ਰੈਂਕਲਿਨ ਵਰਗੇ ਕ੍ਰਿਕਟ ਦੇ ਮਹਾਨ ਖਿਡਾਰੀ ਸ਼ਾਮਲ ਹੋਣਗੇ। ਬਰਨਾਲਾ ਦੇ ਪਿੰਡ ਚੀਮਾ ਵਿਖੇ ਸਰਪੰਚ ਦੀ ਚੋਣ ਲਈ ਭਰੇ ਗਏ ਨਾਮਜ਼ਦਗੀ ਫਾਰਮ ਰੱਦ ਹੋ ਤੇ ਉਮੀਦਵਾਰ ਰੋਸ ਵਜੋਂ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਪ੍ਰਦਰਸ਼ਨ ਕਰਦੇ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਸਨੇ ਸਰਪੰਚੀ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਪਰ ਬਲਾਕ ਸ਼ੈਣਾ ਦੇ ਰਿਟਰਨਿੰਗ ਆਫਸਰ ਅਤੇ ਹੋਰ ਅਧਿਕਾਰੀਆਂ ਵੱਲੋਂ ਵਿਰੋਧੀ ਉਮੀਦਵਾਰ ਦੇ ਕਥ ਸਿਆਸੀ ਪਹੁੰਚ ਕਾਰਨ ਉਹਨਾਂ ਨੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਉਹਨਾਂ ਦਾ ਕਹਿਣਾ ਹੈ ਕਿ ਨਾਮਜ਼ਦਗੀ ਰੱਦ ਕਰਨ ਲਈ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਗਏ ਜੋ ਕਿ ਗਲਤ ਹਨ ਉਹਨਾਂ ਵੱਲੋਂ ਬਕਾਇਦਾ ਇਸ ਸੰਬੰਧੀ ਹਲਫੀਆ ਬਿਆਨ ਵੀ ਦਾਖਲ ਕਰਵਾਇਆ ਗਿਆ ਹੈ ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਦੇ ਰੱਦ ਕੀਤੇ ਨਾਮਜ਼ਦਗੀ ਪੱਤਰ ਬਹਾਲ ਕਰਕੇ ਉਸ ਨੂੰ ਚੋਣ ਲੜਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਤੇ ਪੰਚਾਇਤੀ ਚੋਣਾਂ ਵਿੱਚ ਲੋਕਤੰਤਰੀ ਪ੍ਰਕਿਰਿਆ ਨੂੰ ਯੋਜਨਾਵਾਦ ਤਰੀਕੇ ਨਾਲ ਪੰਗ ਕਰਨ ਦੀ ਨਿਖੇਦੀ ਕੀਤੀ ਹੈ। ਬਾਜਵਾ ਦਾ ਕਹਿਣਾ ਹੈ ਕਿ ਆਪ ਦੀ ਮਨਵਰਜੀ ਤੇ heira-pheri ਨੂੰ ਲੈ ਕੇ ਮੁੱਖ ਮੰਤਰੀ ਨੇ ਅੱਖਾਂ ਬੰਦ ਰੱਖੀਆਂ ਹਨ। ਬਾਜਵਾ ਨੇ ਪੰਚਾਇਤੀ ਚੋਣ ਪ੍ਰਕਿਰਿਆ ਨੂੰ ਧੋਖਾਧੜੀ ਦੱਸਦਿਆਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਮਨਕਾੜ ਦਾ ਆਧਾਰ ਤੇ ਵਿਰੋਧੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰਨ ਦੇ ਹੁਕਮ ਜਾਰੀ ਕਰਨ ਦਾ ਦੋਸ਼ ਲਗਾਇਆ ਹੈ। ਆਪ ਦੇ ਵਿਦਾਇਕਾਂ ਤੇ ਉਹਨਾਂ ਦੇ ਸਾਥੀਆਂ ਨੇ ਚੋਣ ਮਸ਼ੀਨਰੀ ਨੂੰ ਹਾਈਜੈਕ ਕਰ ਲਿਆ। ਮੁੱਖ ਮੰਤਰੀ ਜਮੀਨੀ ਪੱਧਰ ਤੇ ਲੋਕਤੰਤਰ ਦੀ ਯੋਜਨਾਬੱਧ ਤਬਾਹੀ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ। ਮੈਗਾਲਿਆਰੇ ਦੱਖਣੀ ਗਾਰੋ ਹਿਲਜ ਖੇਤਰ ਵਿੱਚ ਹੜਕਾਣ ਐਤਵਾਰ ਨੂੰ 5 ਹੋਰ ਲੋਕਾਂ ਦੀ ਮੌਤ ਹੋ ਗਈ। ਪਿਛਲੇ 2 ਦਿਨਾਂ ਵਿੱਚ ਹੜਕਾਣ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਪੱਛਮੀ ਗਾਰੋ ਹਿਲਜ ਜ਼ਿਲ੍ਹੇ ਵਿੱਚ ਦੀਮਾਪਾਰਾ ਪੋਰ ਦੇ ਹੇਠਾਂ ਸੜਕ ਪਾਰ ਕਰਦੇ ਸਮੇਂ ਪਿਤਾ ਤੇ ਪੁੱਤਰ ਹੜ ਗਏ। ਉੱਥੇ ਹੀ ਪੂਰਵੀ ਗਾਰੋ ਹਿਲਜ਼ ਦੇ ਗੋਂਗਡੋ ਪਿੰਡ ਵਿੱਚ ਜ਼ਮੀਨ ਖਿਸਕਣ ਨਾਲ ਮਹਿਲਾ ਤੇ ਉਸਦੀ ਧੀ ਦੀ ਮੌਤ ਹੋ ਗਈ। ਇੱਕ ਵਿਅਕਤੀ ਦੀ ਮੌਤ ਉਸ ਸਮੇਂ ਹੋ ਗਈ ਜਦੋਂ ਪੂਰਵੀ ਗਾਰੋ ਹਿਲਜ ਜ਼ਿਲ੍ਹੇ ਦੇ ਜੰਗਲ ਵਿੱਚ ਰੌਖ ਉਸਦੇ ਬਾਣ ਤੇ ਡਿੱਗ ਪਿਆ। ਕੋਲਕਾਤਾ ਦੇ ਆਰਜੀਕਰ ਹਸਪਤਾਲ ਕਾਣ ਨੂੰ ਰਹਿ ਕੇ جاری ਅੰਦੋਲਨ ਵਿਚਾਰੇ ਬੰਗਾਲ ਦੇ ਬੀਰ ਭੂਮਜਰੇ ਦੇ ਰਾਮਪੁਰਹਾਟ ਮਹਿਕਮੇ ਦੇ ਤਹਿਤ ਚਾਤਰਾ ਮੋਢਲੇ ਸਿਹਤ ਕੇਂਦਰ ਵਿੱਚ ਨਰਸ ਨਾਲ ਜ਼ਬਰਜਨਾ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਉਥੇ ਦੇ ਚਾਈਨ ਮੁਖੋਧਿਆਏ ਨਾਮੀ ਡਾਕਟਰ ਤੇ ਲੱਗਾ ਹੈ। ਨਰਸ ਨੇ ਥਾਣੇ ਵਿੱਚ ਐਫ ਆਈ ਆਰ ਦਰਜ ਕਰਵਾ ਕੇ ਡਿਊਟੀ ਦੌਰਾਨ ਇਕੱਲੇ ਦੇਖ ਕੇ ਡਾਕਟਰ ਨੇ ਉਸ ਨਾਲ ਜ਼ਬਰਜਨਾ ਕੀਤਾ। ਪੁਲਿਸ ਉਸ ਨੂੰ ਲੱਭ ਰਹੀ ਹੈ। ਨਰਸ ਪਿਛਲੇ 7 ਸਾਲ ਤੋਂ ਉਕਤ ਸਿਹਤ ਕੇਂਦਰ ਵਿੱਚ ਕੰਮ ਕਰ ਰਹੀ ਹੈ ਜਦਕਿ ਮੋਲਜਮ ਡਾਕਟਰ 2021 ਤੋਂ ਉੱਥੇ ਕਾਰਜਸ਼ੀਲ ਹੈ ਦੂਜੇ ਪਾਸੇ ਕੋਲਕਾਤਾ ਦੇ ਪਾਰਕ ਸਟਰੀਟ ਥਾਣੇ ਵਿੱਚ ਮਹਿਲਾ ਸੇਵਕ ਵਲੰਟੀਅਰ ਦੇ ਏਜੰਸੀ ਸੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ ਦੋਸ਼ ਉਥੋਂ ਦੇ ਇੱਕ ਸਬ ਇੰਸਪੈਕਟਰ ਤੇ ਲੱਗਾ ਹੈ ਜਿਸ ਦੇ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ ਕੋਲਕਾਤਾ ਦੇ ਆਰਜੀਕਰ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ ਤੋਂ ਬਾਅਦ ਬਹੁਤ ਸਾਰੇ ਕਿਸੇ ਸਾਹਮਣੇ ਆਏ ਹਨ ਸੂਤਰਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਅਜਿਹਾ ਬਹੁਤ ਕੁਝ ਹੋ ਚੁੱਕਾ ਹੈ ਲੇਕਿਨ ਕਿਸੇ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਹਵਾਈ ਫੌਜ ਨੇ ਕੁਝ ਮਹੀਨੇ ਪਹਿਲਾਂ ਚੀਨੀ ਜਸੂਸੀ ਗੁਬਾਰੇ ਨੂੰ heten ਸੁੱਟਣ ਲਈ ਰਾਫੇਲ ਲੜਾਕੂ ਜਹਾਜ਼ ਦੀ ਵਰਤੋਂ ਕੀਤੀ ਸੀ ਬਾਲ ਨੇ ਇਸ ਦੇ ਲਈ ਆਕਾਰ ਵਿੱਚ ਛੋਟੇ ਗੁਬਾਰੇ ਦੀ ਵਰਤੋਂ ਕੀਤੀ ਹੈ ਗੁਬਾਰੇ ਨੂੰ ਕੁਝ ਪੇ ਲੋਡ ਦੇ ਨਾਲ ਹਵਾ ਵਿੱਚ ਛੱਡਿਆ ਗਿਆ ਫਿਰ 55000 ਫੁੱਟ ਤੋਂ ਵੱਧ ਉਚਾਈ ਤੇ ਇੱਕ ਇਵੈਂਟਰੀ ਮਿਜਾਇਲ ਦੀ ਵਰਤੋਂ ਕਰਦੇ ਹੋਏ ਉਸ ਨੂੰ ਹੇਠਾਂ ਲਾ ਲਿਆ 2023 ਦੀ ਸ਼ੁਰੂਆਤ ਵਿੱਚ ਅਮਰੀਕਾ ਨੇ ਸਮੁੰਦਰ ਉੱਪਰ ਚੀਨੀ ਜਸੂਸੀ ਗੁਬਾਰਾ ਸੁਟਣ ਲਈ 5ਵੀਂ ਪੀੜ੍ਹੀ ਦੇ F22 ਰੈਪਟਰ ਲੜਾਕੂ ਜਹਾਜ਼ ਦੀ ਵਰਤੋਂ ਕੀਤੀ ਸੀ ਭਾਰਤੀ ਫੌਜ ਅਜਿਹੇ ਗੁਬਾਰਿਆਂ ਤੋਂ ਉਤਪੰਨ ਚੁਣੌਤੀਆਂ ਨਾਲ ਨਜਿੱਠਣ ਤੇ ਚਰਚਾ ਕਰ ਰਹੀ ਹੈ ਭਾਰਤੀ ਹਵਾਈ ਫੌਜ ਨੇ ਪਿਛਲੇ ਸਾਲ ਇਸ ਮੁੱਦੇ ਤੇ ਅਮਰੀਕਾ ਹਵਾਈ ਫੌਜ ਨਾਲ ਵੀ ਸੰਪਰਕ ਕੀਤਾ ਸੀ ਇਜ਼raਇਲੀ ਫੌਜ ਜ਼ਮੀਨੀ ਲੜਾਈ ਦੱਖਣੀ ਲਿਬਨਾਨ ਵਿੱਚ ਲੜ ਰਹੀ ਹੈ ਪਰ ਹਵਾਈ ਹਮਲਿਆਂ ਵਿੱਚ ਉਸ ਦੇ ਨਿਸ਼ਾਨੇ ਤੇ ਬੈਰੂਤ ਹੈ ਲਿਬਨਾਨ ਦੀ ਰਾਤਾਂ ਅਤੇ ਸ਼ਨੀਵਾਰ ਰਾਤੋਂ ਐਤਵਾਰ ਸਵੇਰ ਤੱਕ ਇਜ਼raਇਲੀ ਜਹਾਜ਼ਾਂ ਨੇ ਹਾਲੇ ਤੱਕ ਦੀ ਸਭ ਤੋਂ ਭਿਆਨਕ ਬੰਬਾਰੀ ਕੀਤੀ ਹੈ ਬੈਰੂਤ ਵਿੱਚ ਰਹਿਣ ਵਾਲੇ ਲੋਕ ਦੱਸ ਰਹੇ ਹਨ ਕਿ ਇਜ਼raਇਲ ਦੇ ਹਮਲੇ ਹਰ ਰੋਜ਼ ਵੱਧ ਰਹੇ ਹਨ ਸ਼ਨੀਵਾਰ ਰਾਤ ਹੋਏ ਹਵਾਈ ਹਮਲਿਆਂ ਦੀ ਗਿਣਤੀ ਕਰ ਸਕਣਾ ਮੁਸ਼ਕਲ ਹੈ ਇਹ ਹਮਲੇ ਥੋੜੇ ਥੋੜੇ ਪਲਾਂ ਦੇ ਵੱਖ-ਵੱਖ ਵੇਮਗਰ ਹੋਏ ਹਨ ਅਤੇ ਪੂਰੇ ਬੈਰੂਤ ਦੇ ਵਿੱਚ ਧਮਾਕੇ ਦੀ ਆਵਾਜ਼ ਸੁਣਦੀ ਰਹੀ ਹੈ ਇਜ਼raਇਲੀ ਫੌਜ ਦਾ ਕਹਿਣਾ ਹੈ ਕਿ ਲਿਬਨਾਨ ਦੀ ਰਾਤ ਧਾਨੀ ਵਿੱਚ ਉਹ ਹਿਜਬੁਲਾ ਦੇ ਅੱਡਿਆਂ ਤੇ ਹਥਿਆਰ ਪੰਡਾਰਾ ਨੂੰ ਨਸ਼ਟ ਕਰ ਰਹੀ ਹੈ ਇਸ ਵਿੱਚ ਬੈਰੂਤ ਦਾ ਦੱਖਣੀ ਇਲਾਕਾ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਗਾਜ਼ਾ ਵਿੱਚ جاری ਇਜ਼ਰਾਈਲੀ ਹਮਲਿਆਂ ਵਿੱਚ ਐਤਵਾਰ ਨੂੰ 26 ਜਣੇ ਮਾਰੇ ਜਾਣ ਅਤੇ 93 ਜਣੇ ਜ਼ਖਮੀ ਹੋ ਗਏ ਹਨ। ਇਨ੍ਹਾਂ ਹਮਲਿਆਂ ਵਿੱਚ ਇਜ਼ਰਾਈਲ ਨੇ ਇੱਕ ਮਸਜਿਦ ਅਤੇ ਇੱਕ ਸਕੂਲੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਹੈ। ਇਹਨਾਂ ਨੂੰ ਮਿਲਾ ਕੇ ਗਾਜ਼ਾ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ ਮਾਰੇ ਜਾਣ ਵਾਲਿਆਂ ਦੀ ਗਿਣਤੀ 42 ਹਜ਼ਾਰ ਹੋ ਗਈ ਹੈ। ਨੇਪਾਲ ਦੇ ਰਾਸ਼ਪਤੀ ਰਾਮਚੰਦਰ ਨੇ ਐਤਵਾਰ ਨੂੰ ਪ੍ਰਕਾਸ਼ ਮਾਨ ਸਿੰਘ ਰਾਉਤ ਨੂੰ ਦੇਸ਼ ਦਾ ਨਵਾਂ ਚੀਫ ਜਸਟਿਸ ਨਿਯੁਕਤ ਕੀਤਾ ਹੈ। ਅਧਿਕਾਰੀਆਂ ਅਨੁਸਾਰ ਰਾਸ਼ਟਰਪਤੀ ਦਫ਼ਤਰ ਸ਼ੀਤਲ ਨਵਾਸ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਵਿੱਚ ਪੋਟੇਲ ਨੇ ਰਾਉਤ ਨੂੰ ਚੀਫ ਜਸਟਿਸ ਦੇ ਅਹੁਦੇ ਦੀ ਸੌਂਚਕਾਈ ਸੌਂਚਕ ਸਮਾਗਮ ਵਿੱਚ ਉਪ ਰਾਸ਼ਟਰਪਤੀ ਰਾਮ ਸਹਾਏ ਪ੍ਰਸਾਦ ਜੱਦਵ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਸਪੀਕਰ ਦੇਵਰਾਜ ਕਿਮਰੇ ਅਤੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਨਰੈਣ ਪ੍ਰਸਾਦ ਸਮੇਤ ਸੀਨੀਅਰ ਅਧਿਕਾਰੀ ਮੌਜੂਦ ਸਨ ਸਵਿਧਾਨਕ ਕਾਉਂਸਲ ਨੇ 16 ਸਤੰਬਰ ਨੂੰ ਇਸ ਅਹੁਦੇ ਲਈ ਰਾਉ ਦੇ ਨਾਂ ਦੇ ਸਵਾਰਥ ਕੀਤੀ ਸੀ। ਚਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਈ ਸੁਰੈਨੂ ਬਲੱਡ ਸ਼ੂਗਰ ਸੰਬੰਧੀ ਸਮੱਸਿਆਵਾਂ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਕਰੀਬ 9 ਵਜੇ ਚੰਪਈ ਸੁਰੈਨੂ ਜਮਸ਼ੇਦਪੁਰ ਟਾਟਾ ਮੈਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਾਬਕਾ ਮੁੱਖ ਮੰਤਰੀ ਦੇ ਇੱਕ ਨੇੜਲੇ ਸਹਯੋਗੀ ਨੇ ਦੱਸਿਆ ਕਿ ਬਲੱਡ ਸ਼ੂਕਰ ਘਟ ਹੋਣ ਅਤੇ ਚੱਕਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਹਸਪਤਾਲ ਦੇ ਜਨਰਲ ਮੈਨੇਜਰ ਡਾਕਟਰ ਸੁਧੀਰ ਰਾਏ ਦਾ ਕਹਿਣਾ ਹੈ ਕਿ ਸੁਰਿੰਦੀ ਹਾਲਤ ਸਥਿਰ ਹੈ ਤੇ ਸੁਧਾਰ ਹੋ ਰਿਹਾ ਹੈ। ਦੇਸ਼ਪਗਤ ਯੂਨੀਵਰਸਿਟੀ ਦੇ ਬਿਜ਼ਨਸ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਨਾਭਾ ਵਿੱਚ ਸਥਿਤ ਪ੍ਰੀਤ ਟਰੈਕਟਰਜ਼ ਦਾ ਉਦਯੋਗਿਕ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਦੇ ਇੱਕ ਪ੍ਰਮੁੱਖ ਟਰੈਕਟਰ ਨਿਰਮਾਤਾ ਦੀ ਨਿਰਮਾਣ ਪ੍ਰਕਿਰਿਆ, ਕਾਰਜਕਾਰੀ ਰਣਨੀਤੀਆਂ ਤੇ ਵਪਾਰ ਪ੍ਰਬੰਧਨ ਅਭਿਆਸਾਂ ਵਿੱਚ ਪ੍ਰਯੋਗਿਕ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਮੌਕੇ ਤੇ ਵਿਦਿਆਰਥੀਆਂ ਨੇ ਉਤਪਾਦਨ ਦੇ ਵੱਖ-ਵੱਖ ਪੜਾਅ, ਸੰਗਠਨ ਲਾਈਨਾਂ ਤੋਂ ਲੈ ਕੇ ਗੁਣਵੱਤਾ ਨਿਰੰਤਰਣ ਤੱਕ ਦੇਖਿਆ। ਇਸ ਅਨੁਭਵ ਨੇ ਉਨ੍ਹਾਂ ਨੂੰ ਸਪਲਾਈ ਚੇਨ ਪ੍ਰਬੰਧਨ ਦੀ ਜਟਿਲਤਾ ਅਤੇ ਉਤਪਾਦਨ ਵਿੱਚ ਉੱਚ ਮਿਆਰਾਂ ਨੂੰ ਬਰਕਰਾਰ ਰੱਖਣ ਦੇ ਮਹੱਤਵ ਨੂੰ ਸਮਝਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਜਾਣਿਆ ਕਿ ਮਾਡਰਨ ਟੈਕਨੋਲੋਜੀ ਜਿਵੇਂ ਕਿ ਆਟੋਮੇਸ਼ਨ ਅਤੇ ਡਾਟਾ ਵਿਸ਼ਲੇਸ਼ਣ ਕੰਮਕਾਜ ਨੂੰ ਸੁਧਾਰਨ ਵਿੱਚ ਕਿਵੇਂ ਮਦਦ ਕਰਦੀਆਂ ਹਨ। ਇਸ ਉਦਯੋਗਿਕ ਦੌਰੇ ਦਾ ਪ੍ਰਮੁੱਖ ਪਹਿਲੂ ਉਦਯੋਗ ਮਹਾਰਾ ਨਾਲ ਇੱਕ ਪਰਸਪਰ ਸੈਸ਼ਨ ਸੀ ਜਿਨ੍ਹਾਂ ਨੇ ਖੇਤੀਬਾੜੀ ਖੇਤਰ ਵਿੱਚ ਚੁਣੌਤੀਆਂ ਅਤੇ ਮੌਕੇ ਬਾਰੇ ਆਪਣੇ ਅਨੁਭਵ ਅਤੇ ਗਿਆਨ ਸਾਂਝੇ ਕੀਤੇ। ਵਿਦਿਆਰਥੀਆਂ ਨੇ ਮਾਰਕੀਟ ਦੇ ਰੁਝਾਨਾਂ, ਗਾਹਕਾਂ ਦੀ ਪਸੰਦ ਅਤੇ ਆਧੁਨਿਕ ਨਿਰਮਾਣ ਵਿੱਚ ਸਥਾਈ ਅਭਿਆਸਾਂ ਦੀ ਮਹੱਤਤਾ ਬਾਰੇ ਵੀ ਗੱਲਬਾਤ ਕੀਤੀ। ਯੂਨੀਵਰਸਿਟੀ ਬਲੋਂ ਫੈਕਲਟੀ ਮੈਂਬਰ ਡਾਕਟਰ ਬਲਦੀਪ ਸਿੰਘ ਸਹਾਇਕ ਪ੍ਰੋਫੈਸਰ ਬਿਜ਼ਨਸ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਅਤੇ ਕਪਲ ਵਿਦਿਆਰਥੀਆਂ ਦੇ ਨਾਲ ਸਨ। ਉਨ੍ਹਾਂ ਨੇ ਕੰਪਨੀ ਅਧਿਕਾਰੀਆਂ ਦਾ ਵਿਦਿਆਰਥੀਆਂ ਨੂੰ ਗਿਆਨ ਸਾਂਝਾ ਕਰਵਾਉਣ ਲਈ ਧੰਨਵਾਦ ਕੀਤਾ। ਫਰੀਜਨੋ ਕੈਲੀਫੋਰਨੀਆ ਤੋਂ ਕਲਵੰਤ ਧਾਲੀਆਂ ਤੇ ਨੀਟਾ ਮਾਸ਼ਿਕੇ ਦੀ ਖਬਰ ਅਨੁਸਾਰ ਪੰਜਾਬੀ ਗਾਇਕੀ ਦੇ ਬਾਵਾ ਬੋੜ ਤੂੰਬੇ ਦੇ ਬਾਦਸ਼ਾ ਮਰਹੂਮ ਗਾਇਕ 우ਸਤਾਦ ਲਾਲਚੰਦ ਜਮਲਾ ਜੱਟ ਜੀ ਦੀ ਯਾਦ ਨੂੰ ਸਮਰਪਿਤ 우ਸਤਾਦ ਲਾਲਚੰਦ ਜਮਲਾ ਜੱਟ ਮੈਮੋਰੀਅਲ ਫਾਊਂਡੇਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਫਰੀਜਨੋ ਵਿਕੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਇਹ ਦੱਸਿਆ ਗਿਆ ਕਿ ਇਸ ਸਾਲ ਮੇਲਾ 12 ਅਕਤੂਬਰ 2024 ਦਿਨ ਸ਼ਨੀਵਾਰ ਨੂੰ ਹੋਣ ਵਾਲੇ ਮੇਲੇ ਦੀਆਂ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਇਸ ਮੇਲੇ ਵਿੱਚ ਹਰ ਸਾਲ ਦੀ ਤਰ੍ਹਾਂ ਸਥਾਨਕ ਕਲਾਕਾਰ ਤੋਂ ਇਲਾਵਾ ਕੈਨੇਡਾ ਅਤੇ ਭਾਰਤ ਤੋਂ ਹੋਰ ਬਹੁਤ ਸਾਰੇ ਕਲਾਕਾਰ ਵੀ ਹਾਜ਼ਰੀ ਭਰਨਗੇ। ਮੇਲੇ ਦੇ ਮੁੱਖ ਪ੍ਰਬੰਧਕ ਰਜਿੰਦਰ ਸਿੰਘ ਬਰਾੜ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਇਸ ਸਾਲ ਖਾਸ ਤੌਰ ਤੇ ਜਮਲਾ ਜੀ ਨੂੰ ਆਪਣਾ ਆਦਰਸ਼ ਮੰਨਣ ਵਾਲੇ ਛੋਟੀ ਉਮਰ ਤੋਂ ਜਮਲੇ ਦੀ ਗਾਇਕੀ ਨਾਲ ਜੁੜੇ بلند ਆਵਾਜ਼ ਗਾਇਕ ਪਵਨ ਜੋਤ ਜਮਲਾ ਵੀ ਇਸ ਸਾਲ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਹ ਸਾਲਾਨਾ ਯਾਦਗਾਰੀ ਮੇਲਾ ਫ੍ਰਿਜਨੋ ਨਜ਼ਦੀਕੀ ਫਾਉਲਰ ਸ਼ਹਿਰ ਦੇ ਪੈਂਜਕ ਪਾਰਕ ਵਿੱਚ ਬਣੀ ਸਟੇਜ ਤੇ ਖੁੱਲੇ ਦਰਖਤਾਂ ਦੀ ਸ਼ਾਮੇ ਅਖਾੜੇ ਦੇ ਰੂਪ ਵਿੱਚ ਲੱਗੇਗਾ ਇਸ ਮੇਲੇ ਦੀ ਕੋਈ ਦਾਖਲਾ ਟਿਕਟ ਨਹੀਂ ਇਸ ਤੋਂ ਇਲਾਵਾ ਚਾਹ ਪਾਣੀ ਲੰਗਰਾ ਤੇ ਕਾਰ ਪਾਰਕਿੰਗ ਵੀ ਮੁਫਤ ਹੋਵੇਗੀ ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਪ੍ਰਬੰਧਕਾਂ ਵੱਲੋਂ ਸਮੁੱਚੇ ਪਾਈਚਾਰੇ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਸੂਚਨਾ ਅਤੇ ਪ੍ਰਚਾਰਨ ਮੰਤਰਾਲਾ ਦੇ ਨੈਸ਼ਨਲ ਫਿਲਮ ਅਵਾਰਡ ਸੈਲ ਨੇ ਸੈਕਸ ਸ਼ੋਸ਼ਣ ਦੇ ਦੋਸ਼ਾਂ 'ਚ ਕੋਰੀਓਗ੍ਰਾਫਰ ਜਾਨ ਮਾਸਟਰ ਨੂੰ ਦਿੱਤੇ ਜਾਣ ਵਾਲੇ ਨੈਸ਼ਨਲ ਫਿਲਮ ਅਵਾਰਡ ਨੂੰ ਮੁਅਤਲ ਕਰ ਦਿੱਤਾ। ਅਧਿਕਾਰੀਆਂ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਵਾਲੇ 70ਵੇਂ ਨੈਸ਼ਨਲ ਫਿਲਮ ਅਵਾਰਡ ਸਮਾਰੋਹ ਦੇ ਕੋਰੀਓਗ੍ਰਾਫਰ ਨੂੰ ਦਿੱਤਾ ਗਿਆ ਸੱਦਾ ਵਾਪਸ ਲੈ ਲਿਆ। ਯਾਨੀ ਮਾਸਟਰ ਦਾ ਅਸਲੀ ਨਾਂ ਸ਼ੇਖ ਯਾਨੀ ਬਾਸ਼ਾ ਹੈ ਉਸ ਨੂੰ 2022 ਦੀ ਤਾਮਿਲ ਫਿਲਮ ਦੇ ਗੀਤ ਮੇਗਮ ਕਰੂ ਕਥਾ ਚ ਕੀਤੇ ਗਏ ਕਾਮਲੇ ਸਨਮਾਨਿਤ ਕੀਤਾ ਜਾਣਾ ਸੀ ਨੈਸ਼ਨਲ ਫਿਲਮ ਅਵਾਰਡ ਸੈਲ ਨੇ ਕਿਹਾ ਕਿ ਨੈਸ਼ਨਲ ਫਿਲਮ ਅਵਾਰਡ ਸਮਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਕੋਰੀਓਗ੍ਰਾਫਰ ਨੂੰ ਪੋਕਸੋ ਕਾਨੂੰਨ ਦੇ ਤਹਿਤ ਦੋਸ਼ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਪਹਿਲਾਂ ਦਿੱਤਾ ਗਿਆ ਸੀ ਜਿਸ ਨੂੰ ਵਾਪਸ ਲੈ ਲਿਆ ਗਿਆ ਮਹਾਨ ਗਾਇਕ ਕਿਸ਼ੋਰ ਕੁਮਾਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਮੱਧ ਪ੍ਰਦੇਸ਼ ਸਰਕਾਰ ਨੇ ਮਸ਼ਹੂਰ ਨਿਰਦੇਸ਼ਕ ਰਾਜਕੁਮਾਰ ਹੇਰਾਨੀ ਨੂੰ 2023 ਲਈ ਕਿਸ਼ੋਰ ਕੁਮਾਰ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਕਿਸ਼ੋਰ ਕੁਮਾਰ ਦੇ ਜੱਦੀ ਪਿੰਡ ਖੰਡਵਾ ਵਿੱਚ 13 ਅਕਤੂਬਰ ਨੂੰ ਉਨ੍ਹਾਂ ਦੀ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ। ਰਾਜਕੁਮਾਰ ਹੇਰਾਨੀ ਭਾਰਤੀ ਸਿਨੇਮੇ ਦੇ ਸਭ ਤੋਂ ਵਧੀਆ ਫਿਲਮ ਨਿਰਮਾਤਾਵਾਂ ਵਿੱਚੋਂ ਇੱਕ ਹਨ ਜੋ ਫਿਲਮਾਂ ਰਾਹੀਂ ਸਮਾਜਿਕ ਮੁੱਦਿਆਂ ਨੂੰ ਉਜਾਗਰ ਕਰਦੇ ਰਹਿੰਦੇ ਹਨ। ਰਾਜਕੁਮਾਰ ਹੈਰਾਨੀ ਜੋ 3 ਇਡੀਅਟਸ ਪੀਕੇ ਸੰਜੂ ਮੁੰਨਾ ਭਾਈ ਐਮਬੀਬੀਐਸ ਅਤੇ ਡੌਂਕੀ ਵਰਗੀਆਂ ਕਲਾਸਿਕ ਫਿਲਮਾਂ ਲਈ ਜਾਣੇ ਜਾਂਦੇ ਹਨ ਨੇ ਦੋ ਦਹਾਕਿਆਂ ਤੋਂ ਬਾਲੀਵੁੱਡ ਦੀਆਂ ਕਹਾਣੀਆਂ ਬਣਾਉਣ ਦੇ ਤਰੀਕੇ ਨੂੰ ਬਦਲਿਆ ਹੈ ਰਾਜਕੁਮਾਰ ਹੈਰਾਨੀ ਨੇ 2003 ਵਿੱਚ ਮੁੰਨਾ ਭਾਈ ਐਮਬੀਬੀਐਸ ਨਾਲ ਸ਼ੁਰੂਆਤ ਕੀਤੀ 2024 ਵਿੱਚ ਉਹ ਭਾਰਤੀ ਸਿਨੇਮਾ ਵਿੱਚ 20 ਸਾਲ ਪੂਰੇ ਕਰ ਰਿਹਾ ਹੈ ਇਸ ਸਮਾਗਮ ਵਿੱਚ ਕਿਸ਼ੋਰ ਨਾਈਟ ਵੀ ਸ਼ਾਮਲ ਹੋਵੇਗੀ ਜੋ ਕਿ ਕਿਸ਼ੋਰ ਕੁਮਾਰ ਨੂੰ ਸਮਰਪਿਤ ਇੱਕ ਵਿਸ਼ੇਸ਼ ਸੰਗੀਤਕ ਸ਼ਰਧਾਂਜਲੀ ਹੋਵੇਗੀ। ਮੁੰਬਈ ਦੇ ਮਸ਼ਹੂਰ ਗਾਇਕ ਨੀਰਜ ਸ਼ਰੀ ਧਾਰਾ ਤੇ ਉਹਨਾਂ ਦੀ ਟੀਮ ਕਿਸ਼ੋਰ ਦਾਦੇ ਸਭ ਤੋਂ ਵਧੀਆ ਗੀਤ ਪੇਸ਼ ਕਰਨਗੇ। ਇਹ ਉਸ ਦਿਨ ਸਦਾਬਾਰ ਸੰਗੀਤ ਪ੍ਰੇਮੀਆਂ ਲਈ ਇੱਕ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਲੀ ਰਾਤ ਹੋਵੇਗੀ। ਬਾਲੀਵੁੱਡ ਅਦਾਕਾਰਾ ਸ਼ਰਦਾ ਕਪੂਰ ਨੇ ਨਵੀਂ ਦਿੱਲੀ ਸਥਿਤ ਵੈਲਜੀਅਮ ਦੇ ਦੂਤਾਵਾਸ ਵਿੱਚ ਹਾਇਦਰਾਬਾਦ ਆਧਾਰਿਤ ਬ੍ਰਾਂਡ ਮਿਸ਼ਰੂ ਲਈ ਰੈਂਪ ਬਹਾਉ ਕੀਤਾ। ਇਸ ਦੌਰਾਨ ਉਸ ਨੇ ਨਵੀਂ ਕਲੈਕਸ਼ਨ ਨੂੰ ਪੇਸ਼ ਕੀਤਾ ਜਿਸ ਨੂੰ ਸੁਵਪਨਾ ਅਨੂਮੋਲੂ ਨੇ ਡਿਜ਼ਾਈਨ ਕੀਤਾ ਹੈ। ਮਿਸ਼ਰੂ ਕਾਊਚਰ ਸ਼ੋਕੇਸ ਚ ਸ਼ਰਦਾ ਕਪੂਰ ਖੂਬਸੂਰਤ ਲਹਿੰਗੇ ਵਿੱਚ ਬਹੁਤ ਹੀ ਸ਼ਾਨਦਾਰ ਲੱਗ ਰਹੀ ਸੀ। ਲਹਿੰਗੇ ਤੇ ਲੱਗੇ ਮੋਤੀਆਂ ਤੇ ਚਮਕ ਰਹੀ ਕਢਾਈ ਨੇ ਇਸ ਅਦਾਕਾਰ ਨੂੰ ਹੋਰ ਵੀ ਦਿਲਕਾਸ਼ ਬਣਾ ਦਿੱਤਾ। ਡਿਜ਼ਾਈਨਰ ਸਪਨਾ ਰਕਣਾ ਹੈ ਕਿ ਇਹ ਖਾਸ ਮੌਕੇ ਤੇ ਪੌਣ ਵਾਲਾ ਬ੍ਰਾਂਡ ਹੈ ਇਸ ਸੀਜ਼ਨ ਵਿੱਚ ਅਸੀਂ ਕੁਦਰਤ ਜਾਂ ਕੁਦਰਤੀ ਤੱਤਾਂ ਤੋਂ ਪ੍ਰੇਰਿਤ ਹੋ ਕੇ ਇਸ ਨੂੰ ਤਿਆਰ ਕੀਤਾ ਹੈ ਸਬ ਆਪਣਾ ਰਕਣਾ ਹੈ ਕਿ ਉਹ ਬਹੁਤ ਹੀ ਵਧੀਆ ਕਲਾਕਾਰ ਹੈ ਜ਼ਿਕਰ ਜੋਗਾ ਕਿ ਸ਼ਰਦਾ ਕਪੂਰ ਦੀ ਫਿਲਮ ਇਸਤਰੀ 2 ਰਿਲੀਜ਼ ਹੋਈ ਹੈ ਜਿਸ ਵਿੱਚ ਰਾਜਕੁਮਾਰ ਰਾਓ ਆਪਾਰ ਸ਼ਕਤੀ ਖੁਰਾਨਾ ਅਭਿਸ਼ੇਕ ਬੈਨਰਜੀ ਤੇ ਪੰਕਜ ਤਰਪਾਠੀ ਨੇ ਅਹਿਮ ਭੂਮਿਕਾ ਨਿਭਾਈਆਂ ਹਨ ਇਸ ਫਿਲਮ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਨਾਰਮਲ ਜੇ ਬਜਟ ਦੀ ਇਸ ਫਿਲਮ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਬਾਲੀਵੁੱਡ ਦੇ ਉੱਗੇ ਫਿਲਮ ਨਿਰਮਾਤਾ ਕਰਨ ਜੋਹਰ ਨੇ ਫਿਲਮ ਜਿਗਰਾ ਦੇ ਨਿਰਦੇਸ਼ਕ ਵਾਸਨ ਵਾਲਾ ਵੱਲੋਂ ਹਾਲ ਹੀ ਵਿੱਚ ਦਿੱਤੇ ਬਿਆਨ ਤੇ ਸਪਸ਼ਟਿਕਨ ਦਿੱਤਾ ਹੈ ਜੇਕਰ ਜੋਗਾ ਕਿ ਵਾਸਨ ਨੇ ਕੇਜੋਜ਼ ਦੇ ਪ੍ਰੋਡਕਸ਼ਨ ਹੇਠ ਬਣੀ ਫਿਲਮ ਜਿਗਰਾ ਨੂੰ ਨਿਰਦੇਸ਼ਿਤ ਕੀਤਾ ਹੈ ਇਹ ਫਿਲਮ 11 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਇਸ ਫਿਲਮ ਦੀ ਪ੍ਰੋਮੋਸ਼ਨ ਦੌਰਾਨ ਨਿਰਦੇਸ਼ਕ ਵਾਸਨ ਵਾਲਾ ਨੇ ਫਿਲਮ ਨਾਲ ਇੱਕ ਜੁੜਿਆ ਕਿੱਸਾ ਸ਼ੇਅਰ ਕੀਤਾ ਸੀ ਜਿਸ ਵਿੱਚ ਦੱਸਿਆ ਗਿਆ ਕਿ ਕਰਨ ਜੋਰ ਨੇ ਇਸ ਫਿਲਮ ਵਿੱਚ ਅਦਾਕਾਰਾ ਦੀ ਚੋਣ ਲਈ ਆਰੀਆ ਪਟ ਦਾ ਸਮਰਥਨ ਕੀਤਾ ਸੀ ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਕਰਨ ਨੂੰ ਸੋਸ਼ਲ ਮੀਡੀਆ ਤੇ ਕਾਫੀ ਟਰੋਲ ਕੀਤਾ ਗਿਆ ਇਸ ਸਬੰਧੀ ਹੁਣ ਨਿਰਮਾਤਾ ਕਰਨ ਜੋਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਵਾਸਨ ਵਾਲਾ ਦੀ ਇੰਟਰਵਿਊ ਦੀਆਂ ਕੁਝ ਸਤਰਾਂ ਦੀ ਥਾਂ ਪੂਰਾ ਇੰਟਰਵਿਊ ਸੁਣਨ ਇਸ ਨਾਲ ਉਸ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਮਿਲੇਗੀ ਜ਼ਿਕਰ ਜੋ ਗਿਆ ਕਿ ਵਾਸਨ ਨੇ ਕਿਹਾ ਸੀ ਕਿ ਉਹਨਾਂ ਨੇ ਫਿਲਮ ਦੀ ਕਹਾਣੀ ਕਰਨ ਜੋਰ ਨੂੰ ਭੇਜੀ ਸੀ ਜੋ ਉਹਨਾਂ ਬਿਨਾ ਐਡਿਟ ਕੀਤੇ ਹੀ ਆਲਿਆ ਨੂੰ ਭੇਜ ਦਿੱਤੀ ਵਾਸਨ ਨੇ ਇੰਟਰਵਿਊ ਦੌਰਾਨ ਕਿਹਾ ਕਿ ਜੇ ਉਹਨਾਂ ਨੂੰ ਪਤਾ ਹੁੰਦਾ ਕਿ ਕਹਾਣੀ ਅੱਗੇ ਆਲਿਆ ਨੂੰ ਭੇਜੀ ਜਾਣੀ ਹੈ ਤਾਂ ਉਸ ਨੂੰ ਚੰਗੀ ਤਰ੍ਹਾਂ ਐਡਿਟ ਕਰਕੇ ਉਸ ਨੂੰ ਭੇਜ ਦੇ ਪਰ ਲੋਕਾਂ ਨੇ ਉਹਨਾਂ ਦੀ ਗੱਲ ਨੂੰ ਗਲਤ ਸਮਝ ਲਿਆ ਅਤੇ ਕਰਨ ਨੂੰ ਇਸ ਮਾਮਲੇ ਵਿੱਚ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਇਹ ਮਾਮਲਾ ਬਾਲੀਵੁੱਡ ਫਿਲਮ ਇੰਡਸਟਰੀ ਦੇ ਵਿੱਚ ਕਾਫੀ ਪੱਕਿਆ ਹੋਇਆ ਹੈ। ਤੇਜ ਦੇ ਬਾਬਰ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ।